एवरीवन वेलकम और वेलकम बैक टू माय चैनल मौर्य साम्राज्य वाले कांसेप्ट का यह एक इंपॉर्टेंट क्वेश्चन है अशोक का धम्म का सिद्धांत सो so, वीडियो नो एंड तक बिना स्किप करे देखियो ते चैनल नु शेयर सब्सक्राइब जरूर करियो टेलीग्राम चैनल भी ਤੁਸੀਂ ফলো ਕਰ ਸਕਦੇ ਹੋ मीट स्टडी हब नाम दा ही मेरा टेलीग्राम चैनल है ए सारे पीडीएफ मैं ओथे बांधे रहनी हो सो so, स्टार्ट कर दे आज दा वीडियो अशोक दा नाम सारे संसार विच चलाए गए तम ਯਾਨੀ ਕੀ ਧਰਮ ਤੇ ਸਿਧਾਂਤ ਕਰਨ ਪ੍ਰਸਿੱਧ ਹੈ ਅਸ਼ੋਕ ਇੱਕ ਐਸਾ ਰਾਜਾ ਸੀ ਜਿਹਨੂੰ ਕਾਫੀ ਪਹਿਲਾਂ ਕ੍ਰੂਲ ਕਿਹਾ ਜਾਂਦਾ ਸੀ ਕਿਉਂਕਿ ਕਿਹਾ ਜਾਂਦਾ ਇਸਨੇ ਆਪਣੇ ਨੰਨਵੇਂ ਭਰਾਵਾਂ ਨੂੰ ਮੌਤ ਦੇ ਘਾਟ ਉਤਾਰਿਆ ਸੀ ਉਸ ਤੋਂ ਬਾਅਦ ਇਹਨੇ ਕਲਿੰਗਾ ਦੇ ਯੁੱਧ ਵਿੱਚ ਕਾਫੀ ਸਾਰੇ ਲੱਖਾਂ ਲੋਕਾਂ ਦਾ ਖੂਨ ਬਹਾਇਆ ਸੀ ਸੋ ਇਸ ਕਰਕੇ ਜਿਹੜਾ ਹੈਗਾ ਇਹ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਕੁਐਸਚਨ ਬਣਦਾ ਹੈ ਕਿਉਂਕਿ ਉਸਨੇ ਫਿਰ ਧੰਮ ਦਾ ਸਿਧਾਂਤ ਅਪਣਾਇਆ ਸੀ ਬੁੱਧ ਧਰਮ ਦਾ ਉਹ અનુਆਈ ਬਣ ਗਿਆ ਸੀ ਚੇਲਾ ਬਣ ਗਿਆ ਸੀਗਾ ਉਹ ਬਚਪਨ ਵਿੱਚ ਸ਼ਿਵ ਦਾ ਪੁਜਾਰੀ ਸੀ ਪਰ ਕਲਿੰਗਾ ਦੇ ਯੁੱਧ ਤੋਂ ਬਾਅਦ ਉਸਨੇ ਬੁੱਧ ਧਰਮ ਸਵੀਕਾਰ ਕਰ ਲਿਆ ਅਸ਼ੋਕ ਦੇ ਅਭਿਲੇਖਾਂ ਦੇ ਵਿੱਚ ਵਰਤੇ ਗਏ ਤਮ ਸ਼ਬਦ ਦਾ ਸੰਬੋਧਨ ਜਿਹੜਾ ਹੈਗਾ ਬੁੱਧ ਧਰਮਵਲ ਹੈ ਸੋ ਇਹ ਚੀਜ਼ ਜਿਹੜੀ ਹੈਗੀ ਹੈ ਤਮ ਧਰਮਵਲ ਸੰਬੋਧਨ ਕਰਦੀ ਹੈ ਕਿ ਮੈਂ ਬੁੱਧ ਧਰਮ ਨੂੰ ਮੰਨਦਾ ਹਾਂ ਠੀਕ ਹੈ ਅਭਿਲੇਖ ਹੋ ਗਏ ਜਿਹੜੀਆਂ ਚਟਾਨਾਂ ਹੋ ਗਈਆਂ ਹਨਾ ਪੱਥਰ ਹੋ ਗਏ ਵੱਡੇ ਵੱਡੇ ਉਹਤੇ ਉਕਰਾਈ ਸੀ ਇਸਨੇ ਤਮ ਦੇ ਸਿਧਾਂਤ ਪਰ ਕਿਹਾ ਜਾਂਦਾ ਹੈ ਕਿ ਅਸ਼ੋਕ ਦਾ ਧੰਮ ਜਾਂ ਫਿਰ ਧਰਮ ਸਾਰੇ ਹੀ ਕਰਮ ਧਰਮਾਂ ਦਾ ਕੀ ਸੀ ਸਾਰ ਇਹਦੇ ਵਿੱਚ ਕੱਲਾ ਇੱਕ ਪਰਸਪੈਕਟਿਵ ਨਹੀਂ ਸੀਗਾ ਕਿ ਧਰਮ ਵਾਲ ਇੱਕ ਇੱਕ ਹੀ ਧਰਮ ਹੈ ਉਹਦੇ ਵਿੱਚ ਇਹ ਸੀ ਕਿ ਸਾਰੇ ਧਰਮ ਕੀ ਕਹਿੰਦੇ ਨੇ ਉਹਨਾਂ ਦਾ ਨਿਚੋੜ ਦੇ ਜਿਹੜੇ ਸੀਗੇ ਸਿਧਾਂਤ ਉਹਨਾਂ ਨੂੰ ਧੰਮ ਦਾ ਸਿਧਾਂਤ ਕਿਹਾ ਕਈ ਲੋਕ ਇਹਦਾ ਮੰਨਦੇ ਕਈ ਕਹਿੰਦੇ ਕਿ ਬੁੱਧ ਦੇ ਧਰਮ ਦੇ ਸਿਧਾਂਤਾਂ ਨੂੰ ਹੀ ਧੰਮ ਦਾ ਸਿਧਾਂਤ ਕਿਹਾ ਜਾਂਦਾ ਸੋ ਅਲੱਗ-ਅਲੱਗ ਪਰਸਪੈਕਟਿਵ ਹੈ ਸੋ ਧੰਮ ਦੀ ਸਥਾਪਨਾ ਦੇ ਕੀ ਕਾਰਨ ਸੀ ਕੀ ਰੀਜ਼ਨ ਸੀ ਇੱਕ ਤਾਂ ਬੰਛ ਦਾ ਪ੍ਰਭਾਵ ਮੋਰੀਆ ਰਾਜੇ ਸ਼ੁਰੂ ਤੋਂ ਹੀ ਧਰਮ ਵਿਚਾਰਾਂ ਵਾਲੇ ਸੀ ਆਪਾਂ ਨੇ ਜੇ ਦਾਦੇ ਬਾਰੇ ਪੜਿਆ ਕਿ ਉਹ ਜੈਨ ਧਰਮ ਤੋਂ ਇਨੇ দীક્ષા ਲਈ ਸੀਗੀ ਹਨ ਤੇ ਇਹਦੇ ਪਾਪਾ ਸੀਗੇ ਜਿਹੜੇ ਉਹ ਬੁੱਧ ਧਰਮ ਦੇ ਨਾਲ ਸੰਬੰਧਿਤ ਸਨ ਤਾਂ ਇਸ ਕਰਕੇ ਜਿਹੜਾ ਸੀਗਾ ਉਹ ਪੂਰੇ ਮਤਲਬ ਇਹ ਖੁਦ ਬ੍ਰਾਹਮਣ ਧਰਮ ਦੇ ਵਿੱਚ ਵਿਸ਼ਵਾਸ ਕਰਦਾ ਸੀ ਅਤੇ ਸ਼ਿਵ ਜੀ ਦੀ ਪੂਜਾ ਕਰਦਾ ਸੀ ਇਹ ਛੋਟੇ ਹੁੰਦੇ ਅਸ਼ੋਕ ਤਾਂ ਉਹਨਾਂ ਸਾਰਿਆਂ ਨੇ ਹੀ ਧਰਮ ਦਾ ਪੂਰੀ ਤਰ੍ਹਾਂ ਸ਼ਰਦਾ ਦੇ ਨਾਲ ਇਹਦਾ ਪਾਲਣ ਕੀਤਾ ਤੇ ਧਾਰਮਿਕ ਇਹਨੂੰ ਜਿਹੜੇ ਸੀਗੇ ਵਿਚਾਰ ਸਿਖਾਏ ਬਿੰਦੂਸਾਰ ਜਿਹੜੇ ਸੀਗੇ ਬੁੱਧ ਧਰਮ ਵਿੱਚ ਸ਼ਰਦਾ ਰੱਖਦੇ ਸੀ ਚੰਦਰਗੁਪਤ ਮੌਰੀਆ ਜੈਨ ਧਰਮ ਵਿੱਚ ਤਾਂ ਕਰਕੇ ਅਸ਼ੋਕ ਦੇ ਵਿੱਚ ਵੀ ਧਰਮ ਜਿਹੜੇ ਸੀ ਆਗੇ ਤੇ ਉਹ ਧਾਰਮਿਕ ਧਾਰਮਿਕ ਵਿਚਾਰਾਂ ਵਾਲਾ ਬਣਿਆ ਸਵੱਛਿਕਤਾ ਦੀ ਗੱਲ ਕਰੀਏ ਤਾਂ ਅਸ਼ੋਕ ਦੇ ਕਾਲ ਵਿੱਚ ਬੁੱਧ ਅਤੇ ਜੈਨ ਤੇਜ਼ੀ ਨਾਲ ਫੈਲ ਰਿਹਾ ਸੀ ਕਿਉਂਕਿ ਜਿਹੜੇ Hindu ਧਰਮ ਸੀ ਉਹਦੇ ਵਿੱਚ ਕੁਰਿਤੀਆਂ ਬਹੁਤ ਜ਼ਿਆਦਾ ਸੀਗੀਆਂ ਤਾਂ ਇਹਨਾਂ ਕੁਰੀਤਿਆਂ ਤੋਂ ਬਚਣ ਲਈ ਸਮਾਜ ਵਿੱਚ ਏਕਤਾ ਦੇ ਲਈ ਇੱਕ ਧਰਮ ਦਾ ਹੋਣਾ ਬਹੁਤ ਜ਼ਰੂਰੀ ਸੀ ਸੋ ਇਹ ਧਰਮ ਜਿਹੜੇ ਸੀਗੇ ਜੈਨ ਅਤੇ ਬੁੱਧ ਧਰਮ ਸਮਾਜ ਨੂੰ ਇਕੀ ਕਰਨ ਵਾਲੇ ਕਿਰਨ ਸੀ ਜਿਹੜਾ ਪੇਤ ਪਾਪ ਸੀ ਉਹ ਦੂਰ ਕਰ ਰਹੇ ਸੀਗੇ ਸੋ ਤਾਂ ਕਰਕੇ ਵੀ ਜਿਹੜਾ ਸੀਗਾ ਇਹ ਅਸ਼ੋਕ ਦਾ ਤਮ ਇਸ ਚੀਜ਼ ਨੂੰ ਫੋਲੋ ਕਰਦਾ ਰਾਜਨੀਤਿਕ ਏਕਤਾ ਮੋਰੀਆ ਸਾਮਰਾਜ ਕਾਫੀ ਵਿਸ਼ਾਲ ਸੀ ਵੱਖ-ਵੱਖ ਜਾਤੀਆਂ ਦੇ ਧਰਮਾਂ ਦੀਆਂ ਨਸਲਾਂ ਦੇ ਲੋਕ ਜਿਹੜੇ ਸੀਗੇ ਇੱਕ ਰਾਜ ਵਿੱਚ ਸ਼ਾਂਤੀ ਨਾਲ ਰਹਿਣੇ ਓਕੇ ਸੀਗੇ ਸੋ ਤਾਂ ਕਰਕੇ ਰਾਜਨੀਤਿਕ ਇਕਤਾ ਲੈ ਕੇ ਆਣੀ ਅਸ਼ੋਕ ਨੇ ਧੰਮ ਦਾ ਸਿਧਾਂਤ ਅਪਣਾਇਆ ਤਾਂ ਕਿ ਜਿਹੜੇ ਲੋਕ ਨੇ ਇਸ ਚੀਜ਼ ਨੂੰ ਫੋਲੋ ਕਰਨ ਹੋਰ ਜਿਹੜੇ ਅਡੰਬਰ ਪੂਜਾ ਪਾਠ ਦੇ ਵਿੱਚ ਨਾ ਫਸਣ ਧਰਮ ਜਿਹੜਾ ਧਰਮ ਜਾਂ ਫਿਰ ਧੰਮ ਦਾ ਸਿਧਾਂਤ ਅਹਿੰਸਾ ਸਭ ਤੋਂ ਪਹਿਲਾਂ ਧਰਮ ਦਾ ਸਿਧਾਂਤ ਧੰਮ ਦਾ ਸਿਧਾਂਤ ਕੀ ਹੈ ਅਹਿੰਸਾ ਕਿਉਂਕਿ ਅਸ਼ੋਕਾ ਕਹਿੰਦਾ ਸੀਗਾ ਕਿ ਧਰਮ ਦਾ ਮੂਲ ਮੰਤਰ ਕੀ ਹੈ ਅਹਿੰਸਾ ਕਿਸੇ ਵੀ ਜੀਵ ਨੂੰ ਨਹੀਂ ਮਾਰਨਾ ਦੁੱਖ ਨਹੀਂ ਦੇਣਾ ਚਾਹੀਦਾ ਇਸ ਕਰਕੇ ਉਸਨੇ ਖੁਦ ਸ਼ਿਕਾਰ ਖੇਡਣਾ ਮਾਸ ਜਿਹੜਾ ਖਾਣਾ ਸੀਗਾ ਬੰਦ ਕਰਤਾ ਪਸ਼ੂਆਂ ਨੂੰ ਮਾਰਨ ਤੇ ਬਲੀਆਂ ਤੇ ਰੋਕ ਲਗਾਤੀ ਤਾਂ ਤਮਦ ਦਾ ਕਹਿੰਦਾ ਸਿਧਾਂਤ ਕਹਿੰਦਾ ਕਿ ਅਹਿੰਸਾ ਦਾ ਪਾਲਣ ਕਰੋ ਬਿਕੋਜ਼ ਬੁੱਧ ਧਰਮ ਚ ਵੀ ਇਹੀ ਲਿਖਿਆ ਵੱਡਿਆਂ ਦਾ ਆਦਰ ਕਰੋ ਛੋਟਿਆਂ ਨੂੰ ਪਿਆਰ ਕਰੋ ਸੋ ਅਸ਼ੋਕ ਤੇ ਜਿਹੜੇ ਤਮਦੇ ਸਿਧਾਂਤ ਹੈ ਉਸ ਦੇ ਅਨੁਸਾਰ ਇਹ ਵੀ ਕਿਹਾ ਗਿਆ ਹੈ ਕਿ ਮਨੁੱਖ ਨੂੰ ਆਪਣੇ ਤੋਂ ਵੱਡਿਆਂ ਦਾ ਆਦਰ ਕਰਨਾ ਚਾਹੀਦਾ ਛੋਟਿਆਂ ਨਾਲ ਪਿਆਰ ਕਰਨਾ ਚਾਹੀਦਾ ਹਮਦਰਦੀ ਪਰਤਣੀ ਚਾਹੀਦੀ ਆ ਸੋ ਨੇਕ ਦਿਲ ਆਪਣਾ ਰੱਖਣਾ ਚਾਹੀਦਾ ਸੱਚ ਮਨੁੱਖ ਨੂੰ ਹਮੇਸ਼ਾ ਸੱਚ ਬੋਲਣਾ ਚਾਹੀਦਾ ਸੱਚੇ ਕਰਮ ਕਰਨੇ ਚਾਹੀਦੇ ਨੇ ਦਾਨ ਤੇ ਦਾਨ ਜਿਹੜਾ ਹੈ ਉਸ ਦਾ ਬਹੁਤ ਮਹੱਤਵ ਹੈ ਦਾਨ ਉਹਨੇ ਕਿਹਾ ਕਿ ਸੋਨਾ ਚਾਂਦੀ ਦਾ ਨਹੀਂ ਧਰਮ ਦਾ ਦਾਨ ਕਰੋ ਠੀਕ ਹੈ ਜੀ ਸੋ ਪਾਪ ਰਹਿਤ ਜੀਵਨ ਉਸਨੇ ਇਹ ਵੀ ਕਿਹਾ ਕਿ ਅਸ਼ੋਕ ਦੇ ਧੰਮ ਦੇ ਸਿਧਾਂਤ ਦੇ ਵਿੱਚ ਕਿ ਮਨੁੱਖ ਨੂੰ ਪਾਪ ਰਹਿਤ ਜੀਵਨ ਬਤੀਤ ਕਰਨਾ ਚਾਹੀਦਾ ਹੈ ਹੰਕਾਰ ਨੂੰ ਝੂਠ ਨੂੰ ਗੁੱਸੇ ਤੋਂ ਜਿਹੜਾ ਹੈਗਾ ਬਚਣਾ ਚਾਹੀਦਾ ਹੰਕਾਰ ਤਿਆਗਣਾ ਚਾਹੀਦਾ ਝੂਠ ਤਿਆਗਣਾ ਚਾਹੀਦਾ ਇਹ ਪਾਪ ਕਰਾਉਂਦੇ ਨੇ ਕਹਿੰਦੇ ਐਵੇਂ ਦਾ ਜੀਵਨ ਨਹੀਂ ਉਹਨੂੰ ਜਿਉਣਾ ਚਾਹੀਦਾ ਸੋ ਇਹਦੇ ਧੰਮ ਦੇ ਸਿਧਾਂਤ ਚ ਕੀ ਕਹਿੰਦੇ ਸੀਗੇ ਇਹ ਕਹਿੰਦੇ ਅਹਿੰਸਾ ਦਾ ਪਾਲਣ ਕਰੋ ਵੱਡਿਆਂ ਦਾ ਆਦਰ ਕਰੋ ਛੋਟਿਆਂ ਨੂੰ ਪਿਆਰ ਕਰੋ ਸੱਚ ਬੋਲੋ ਦਾਨ ਦਿਓ ਪਾਪ ਰਹਿਤ ਜੀਵਨ ਬਤੀਤ ਕਰੋ ਧਾਰਮਿਕ ਸਹਿਣਸ਼ੀਲਤਾ ਧਾਰਮਿਕ ਸਹਿਣਸ਼ੀਲਤਾ ਮਤਲਬ ਸਾਰੇ ਧਰਮ ਨੂੰ ਇਕੁਅਲ ਸਮਝਣਾ ਅਸ਼ੋਕ ਦੇ ਧੰਮ ਦੇ ਸਿਧਾਂਤ ਮਨੁੱਖ ਨੂੰ ਸਾਰੇ ਕਰਮਾਂ ਸੋਰੀ ਧਰਮ ਦਾ ਆਦਰ ਕਰਨਾ ਚਾਹੀਦਾ ਹੈ ਇਹ ਕਹਿੰਦੇ ਵੀ ਸਾਰੇ ਧਰਮਾਂ ਦਾ ਆਦਰ ਕਰਨਾ ਚਾਹੀਦਾ ਮਨੁੱਖ ਨੂੰ ਮਨੁੱਖ ਜਿਹੜਾ ਹੈਗਾ ਉਹ ਕਿਉਂਕਿ ਧਰਮ ਦੇ ਅੰਦਰ ਕੀ ਹੈਗੀ ਚੰਗਿਆਈ ਹੈ ਧਰਮ ਦੀ ਚੰਗਿਆਈ ਜਿਹੜੀ ਹੈਗੀ ਸਮਝਣੀ ਚਾਹੀਦੀ ਵੀ ਕੋਈ ਨਾ ਕੋਈ ਧਰਮ ਤੁਸੀਂ ਫੋਲੋ ਕਰੋ ਐਦਾਂ ਨਹੀਂ ਹੈ ਕਿ ਤੁਸੀਂ ਸਿਰਫ ਰਾਜ ਦਾ ਧਰਮ ਜਾਂ ਫਿਰ ਬੁੱਧ ਧਰਮ ਫੋਲੋ ਕਰੋ ਕੋਈ ਵੀ ਧਰਮ ਹੈ ਉਸ ਨੂੰ ਅਪਣਾਓ ਕਿਉਂਕਿ ਜਿਹੜਾ ਧਰਮ ਹੈਗਾ ਉਹ ਤੁਹਾਨੂੰ ਸਹਿਣਸ਼ੀਲਤਾ ਸਿਖਾਂਦਾ ਹੈ ਉਸ ਤੋਂ ਬਾਅਦ ਹੈ ਸੱਚੇ ਧਰਮ ਕਰਮ ਸਿਧਾਂਤ ਮਨੁੱਖ ਨੂੰ ਹਮੇਸ਼ਾ ਸੱਚੇ ਧਰਮ ਕਰਮ ਸਿਧਾਂਤ ਅਪਣਾਉਣੇ ਚਾਹੀਦੇ ਨੇ ਫਾਲਤੂ ਦੇ ਰਸਮ ਰਿਵਾਜ ਨਹੀਂ ਉਹਨਾਂ 'ਚ ਫਸਣਾ ਚਾਹੀਦਾ ਸ਼ੁੱਧ ਸਾਦਾ ਜੀਵਨ ਬਤੀਤ ਕਰਨਾ ਚਾਹੀਦਾ ਹੈ ਚੰਗੇ ਕਰਮ ਕਰਨੇ ਚਾਹੀਦੇ ਨੇ ਕਿਉਂਕਿ ਕਰਮਾਂ ਦਾ ਫਲ ਜ਼ਰੂਰ ਭੁਗਤਣਾ ਪੈਂਦਾ ਹੈ ਮਤਲਬ ਇਹ ਕਰਮ ਦੇ ਉੱਤੇ ਸਿਧਾਂਤ ਦੇ ਉੱਤੇ ਵੀ ਸੀ ਫੋਕਸ ਕਿ ਜਿਹੜੇ ਕਰਮ ਹੈਗੇ ਉਹ ਚੰਗੇ ਕਰੋ ਕਿਉਂਕਿ ਤੁਹਾਨੂੰ ਕਰਮਾਂ ਦਾ ਜਿਹੜਾ ਹੈਗਾ ਲੇਖਾ ਜੋਖਾ ਦੇਣਾ ਪੈਂਦਾ ਆਤਮ ਵਿਸ਼ਲੇਸ਼ਣ ਅਸ਼ੋਕ ਦੇ ਧੰਮ ਦੇ ਸਿਧਾਂਤ ਕਹਿੰਦਾ ਹੈ ਕਿ ਮਨੁੱਖ ਨੂੰ ਆਤਮ ਵਿਸ਼ਲੇਸ਼ਣ ਮਤਲਬ ਆਪਣਾ ਆਪ ਦਾ ਵੀ ਨਿਰੀਖਣ ਕਰਨਾ ਚਾਹੀਦਾ ਆਪਣੇ ਗੁਣ ਔਗੁਣ ਜ਼ਰੂਰ ਦੇਖਣੇ ਚਾਹੀਦੇ ਨੇ ਕਿ ਮੈਂ ਸਹੀ ਕਰ ਰਿਹਾ ਤਾਂ ਕਰਕੇ ਜਿਹੜਾ ਹੈ ਉਹ ਆਪਣੇ ਅੰਦਰ ਔਗੁਣ ਦੂਰ ਕਰ ਸਕਦਾ ਹੈ ਜੇ ਉਹ ਆਤਮ ਵਿਸ਼ਲੇਸ਼ਣ ਕਰੇਗਾ ਮਤਲਬ ਆਤਮ ਨਿਰੀਖਣ ਜ਼ਰੂਰ ਕਰਨਾ ਚਾਹੀਦਾ ਹੁਣ ਸਿਧਾਂਤਾਂ ਤੋਂ ਬਾਅਦ ਚ ਹੈ ਧੰਮ ਪ੍ਰਸਾਰ ਦੇ ਕੰਮ ਉਸਨੇ ਧੰਮ ਦੇ ਪ੍ਰਸਾਰ ਲਈ ਕਿਹੜੇ-ਕਿਹੜੇ ਕੰਮ ਕੀਤੇ ਉਸਨੇ ਪਹਿਲਾਂ ਤਾਂ ਖੁਦ ਆਪਣੇ ਆਪ ਨੂੰ ਚੇਂਜ ਕੀਤਾ ਆਪ ਉਸਨੇ ਧੰਮ ਦੇ ਸਿਧਾਂਤ ਅਪਣਾਏ ਸ਼ਿਕਾਰ ਖੇਡਣਾ ਬੰਦ ਕਰਤਾ ਮਾਸ ਖਾਣਾ ਛੱਡ ਦਿੱਤਾ ਧਾਰਮਿਕ ਜਿਹੜੀ ਸੀ ਟੋਲਰੇਸ਼ਨ ਵਾਲੀ ਨੀਤੀ ਅਪਣਾਈ ਸਹਿਣਸ਼ੀਲਤਾ ਵਾਲੀ ਨੀਤੀ ਅਪਣਾਈ ਉਸਨੇ ਧੰਮ ਦੇ ਸਿਧਾਂਤਾਂ ਨੂੰ ਸਤੰਭਾਂ ਤੇ ਸ਼ਿਲਾਵਾਂ ਤੇ ਵੱਡੇ ਵੱਡੇ ਪੱਥਰਾਂ ਤੇ ਉਕਰਾਇਆ ਛਪਵਾਇਆ ਠੀਕ ਹੈ ਸੋ ਤਾਂ ਕਿ ਲੋਕ ਇਹਨੂੰ ਪੜ ਕੇ ਚੰਗਾ ਜੀਵਨ ਬਤੀਤ ਕਰ ਸਕਣ ਹੁਣ ਪੜੇ ਲਿਖੇ ਦਾ ਪੜ ਲੈਂਦੇ ਸੀ ਲੇਕਿਨ ਅਨਪੜਾ ਲਈ ਬਾਰ-ਬਾਰ ਮਤਲਬ ਹਫਤੇ ਦੇ ਵਿੱਚ ਇੱਕ ਵਾਰੀ ਇਹ ਦੋ ਵਾਰ ਜਿਹੜਾ ਹੈ ਸਿਧਾਂਤਾਂ ਨੂੰ ਪੂਰੇ ਚੁਰਾਏ ਦੇ ਵਿੱਚ ਉੱਚੀ ਉੱਚੀ ਬੋਲਿਆ ਜਾਂਦਾ ਸੀ ਤਾਂ ਕਿ ਜਿਹੜੇ ਅਨਪੜ੍ਹ ਲੋਕ ਹੈ ਉਹ ਵੀ ਇਹਨੂੰ ਸੁਣ ਸਕਣ ਸਮਝ ਸਕਣ ਤਾਂ ਹੀ ਇਹ ਹੈ ਐਜੂਕੇਸ਼ਨ ਫੈਲਾ ਰਹੇ ਸੀ ਤਾਂ ਜੋ ਕਿ ਸਾਰੇ ਐਜੂਕੇਟ ਹੋ ਸਕਣ ਸੋ ਤਮਬਰਸਾਲੀ ਉਸਨੇ ਬਹੁਤ ਸਨੀਆਂ ਖੁਦ ਯਾਤਰਾਵਾਂ ਕੀਤੀਆਂ ਜਿਤੀ-ਚਿਤੀ ਉਸਨੇ ਧਰਮ ਫੈਲਾਉਣ ਦੇ ਵਿੱਚ ਜਿਹੜੀ ਸੀਗੀ ਕੰਟਰੀਬਿਊਸ਼ਨ ਪਾਇਆ ਤਮਨ ਪ੍ਰਚਾਰ ਦੇ ਲਈ ਉਸਨੇ ਵਿਸ਼ੇਸ਼ ਕਰਮਚਾਰੀ ਵੀ ਨਿਯੁਕਤ ਕੀਤੇ ਜਿਨ੍ਹਾਂ ਨੂੰ ਧਰਮ ਮਹਾਮਾਤਰ ਕਿਹਾ ਜਾਂਦਾ ਸੀ ਉਹ ਥਾਂ ਥਾਂ ਤੇ ਜਾ ਕੇ ਬੁੱਧ ਧਰਮ ਦਾ ਉਪਦੇਸ਼ਾਂ ਦੀ ਜਾਣਕਾਰੀ ਲੋਕਾਂ ਨੂੰ ਦਿੰਦੇ ਸੀ ਦੁਨੀਆ ਦੁਨੀਆ ਦੇ ਕੋਨੇ ਕੋਨੇ ਤੱਕ ਫੈਲਦੇ ਸੀਗੇ ਹਨ ਸੋ ਇਸ ਕਰਕੇ ਜਿਹੜਾ ਹੈ ਉਸਨੇ ਤਮ ਦੇ ਪ੍ਰਸਾਰ ਦੇ ਲਈ ਬਹੁਤ ਸਾਰੇ ਕਰਮਚਾਰੀ ਵੀ ਨਿਯੁਕਤ ਕੀਤੇ ਹੁਣ ਤਮ ਦਾ ਤਮ ਦੇ ਸਿਧਾਂਤ ਦਾ ਸਾਮਰਾਜੀ ਨੀਤੀ ਦੇ ਉੱਤੇ ਕੀ ਪ੍ਰਭਾਵ ਪਿਆ ਇੱਕ ਤਾਂ ਧਰਮ ਵਿਜੇ ਉਸਨੇ ਕੀ ਹੈ ਧਰਮ ਵਿਜੇ ਨੂੰ ਅਪਣਾਇਆ ਕਿ ਧਰਮ ਹੀ ਮੈਂ ਧਰਮ ਨੂੰ ਜਿੱਤਣਾ ਚਾਹੁੰਦਾ ਮੇਰਾ ਅੰਤਿਮ ਲਕਸ਼ ਧਰਮ ਹੈ ਉਸਨੇ ਜੀਵਨ ਨੂੰ ਸੁਧਾਰਨ ਲਈ ਧਰਮ ਦਾ ਪ੍ਰਚਾਰ ਕੀਤਾ ਕਿ ਜਨਤਾ ਦਾ ਵੀ ਜੀਵਨ ਸੁਧਰੇ ਮੇਰਾ ਤਾਂ ਚਲੋ ਸੁਧਰੇਗਾ ਪਰ ਮੈਨੇ ਬਹੁਤ ਪਾਪ ਕੀਤੇ ਹੋਏ ਇਸ ਮੰਨਦੇ ਸੀ ਕਿ ਮੈਨੇ ਬਹੁਤ ਪਾਪ ਕੀਤੇ ਹੈ ਤੇ ਉਹ ਆਪਣੀ ਜਨਤਾ ਨੂੰ ਵੀ ਅੱਛੇ ਕੰਮਾਂ ਦੇ ਵਿੱਚ ਲਗਾਉਣਾ ਚਾਹੁੰਦਾ ਸੀਗਾ ਤਾਂ ਉਹਨਾਂ ਨੂੰ ਵੀ ਚਾਹੁੰਦਾ ਸੀ ਕਿ ਉਹ ਅੱਛੇ ਕਰਮਾਂ ਦੇ ਵਿੱਚ ਜਾਣ ਪਰਜਾ ਦੇ ਹਿੱਤ ਦੇ ਕੰਮ ਉਸਨੇ ਬਹੁਤ ਜ਼ਿਆਦਾ ਕੀਤੇ ਨੇ ਕਿਉਂਕਿ ਪਹਿਲਾਂ ਰਾਜਾ ਇਹ ਨਹੀਂ ਸੀ ਸੋਚਦਾ ਹੈ ਨਾ ਉਸ ਤੋਂ ਬਾਅਦ ਜਦੋਂ ਉਸ ਨੂੰ ਲੱਗਿਆ ਕਿ ਹਾਂ ਮੈਨੇ ਨੀਆਂ ਵੱਡੀਆਂ ਗਲਤੀਆਂ ਕੀਤੀਆਂ ਤਾਂ ਉਸਨੇ ਤੰਮ ਦੀ ਨੀਤੀ ਅਪਣਾਈ ਅਤੇ ਫੇਰ ਪ੍ਰਜਾ ਭਲਾਈ ਦੇ ਕੰਮ ਸ਼ੁਰੂ ਕੀਤੇ ਪ੍ਰਜਾ ਸੁਖੀ ਅਤੇ ਖੁਸ਼ਹਾਲ ਕੀਤੀ ਥਾਂ-ਥਾਂ ਤੇ ਖੂਬ ਬਣਵਾਏ ਹਨਾ ਸੜਕਾਂ ਬਣਵਾਈਆਂ ਰੁੱਖ ਲਗਵਾਏ ਹਸਪਤਾਲ ਬਣਵਾਏ ਡਿਸਪੈਂਸਰੀ ਡੰਗਰ ਹਸਪਤਾਲ ਵੀ ਬਣਾਏ ਸਰਾਵਾਂ ਵੀ ਬਣਾਈਆਂ ਮੁਸਾਫਰੀ ਇੱਕ ਤੋਂ ਦੂਜੀ ਥਾਂ ਜਾਂਦੇ ਸੀਗੇ ਤਾਂ ਆਰਾਮ ਕਰਦੇ ਸੀ ਹਨਾ ਸੋ ਸਾਰਾ ਫ੍ਰੀ ਆਫ ਕੋਸਟ ਕਰ ਦਿੱਤਾ ਸੀਗਾ ਤਨਖਾਹਾਂ ਵੀ ਸੈਨਿਕਾਂ ਨੂੰ ਦਿੰਦਾ ਸੀਗਾ ਤੇ ਜਿਨ੍ਹਾਂ ਦੇ ਮ੍ਰਿਤਕ मतलब ਕਿ ਪਰਿਵਾਰ ਦੇ ਵਿੱਚ ਜੋ ਕੋਈ ਸੈਨਾ ਚ ਮਰ ਜਾਂਦਾ ਸੀ ਮ੍ਰਿਤਕ ਤਾਂ ਉਹਦੇ ਪਰਿਵਾਰ ਨੂੰ ਵੀ ਕਿੰਨਾ ਪੈਸਾ ਉਹ ਦਿੰਦਾ ਹੁੰਦਾ ਸੀ ਤੋ ਕਹਿੰਦਾ ਮਤਲਬ ਉਸਨੇ ਬਹੁਤ ਹੀ ਜ਼ਿਆਦਾ ਜਦੋਂ ਤੱਕ ਜਿਉ ਉਸਨੇ ਪਰਜਾ ਦੇ ਹਿੱਤਾਂ ਦਾ ਕੰਮ ਬਹੁਤ ਜ਼ਿਆਦਾ ਕੀਤਾ ਸਦਾਚਾਰੀ ਅਸ਼ੋਕ ਦੇ ਤਮ ਦੇ ਸਿਧਾਂਤ ਦੀ ਨੀਤੀ ਕਰਕੇ ਜਨਤਾ ਵੀ ਸਦਾਚਾਰੀ ਹੋ ਗਈ ਉਹ ਵੀ ਜਿਹੜਾ ਸੀਗਾ ਜੁਰਮ ਕਰਨੇ ਉਹਨਾਂ ਨੇ ਜਿਹੜੇ ਮਣੇ ਮੋਟੇ ਚੱਲਦੇ ਸੀ ਉਹ ਵੀ ਖਤਮ ਕਰਤੇ ਅਤੇ ਕਿਉਂਕਿ ਉਹਨਾਂ ਨੂੰ ਸਾਰਾ ਕੁਝ ਮਿਲਦਾ ਬਿਆ ਸੀਗਾ ਹਨਾ ਕਿਤੇ ਚੋਰੀ ਨਹੀਂ ਸੀ ਕਿਤੇ ਡਕੈਤੀ ਨਹੀਂ ਸੀ ਸੋ ਸਦਾਚਾਰੀ ਜੀਵਨ ਬਤੀਤ ਕਰਨ ਲੱਗੇ ਸੀ ਲੋਕ अपराधा ਦਾ ਅੰਤ ਅਸ਼ੋਕ ਦੇ ਧੰਮ ਦੇ ਸਿਧਾਂਤ ਤੇ ਵੀ ਕਹਿੰਦਾ ਹੈਗਾ ਕਿ ਧੰਮ ਜਿਹੜਾ ਸੀਗਾ ਧੰਮ ਨੇ ਅਪਰਾਧਾਂ ਦਾ ਅੰਤ ਕਰ ਦਿੱਤਾ ਸੀਗਾ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਕਮੀ ਨਹੀਂ ਸੀ ਆ ਰਹੀ ਤਾਂ ਉਹਨਾਂ ਦੇ ਮਨ ਵਿੱਚ obvious ਜਿਹੀ ਗੱਲ ਲੱਗ ਗਈ ਕਿ ਅਪਰਾਧ ਕੋਈ ਆ ਹੀ ਨਹੀਂ ਸੀ ਰਿਹਾ ਕਿਉਂਕਿ ਲੋਕ ਸਦਾਚਾਰੀ ਹੋ ਗਏ ਸੀ ਅੱچھے ਬਿਹੇਵ ਵਾਲੇ ਹੋ ਗਏ ਸੀ ਅਹਿੰਸਾ ਦੀ ਪਾਲਣਾ ਕਰਦੇ ਸੀ ਸੋ ਅਪਰਾਧ ਜਿਹੜੇ ਸੀ ਉਹਨਾਂ ਚੋਂ ਖਤਮ ਹੋ ਗਏ ਸੀ ਪ੍ਰਤੀਨਿਸ਼ਠਾ ਜਿਹੜੀ ਪ੍ਰਤਿਸ਼ਟਾ ਹੈਗੀ ਹੈ ਮਹਾਤਤਾ ਦੇ ਵਿੱਚ ਵਾਦਾ ਅਸ਼ੋਕ ਦੇ ਸਿਧਾਂਤਾਂ ਦੇ ਕਾਰਨ ਉਹਦੀ ਪ੍ਰਤਿਸ਼ਟਾ ਦੂਰ ਦੂਰ ਤੱਕ ਫੈਲ ਗਈ ਲੋਕ ਲੋਕਾਂ ਦੇ ਵਿੱਚ ਉਹ ਫੇਮਸ ਹੋ ਗਿਆ ਕਿ ਰਾਜਾ ਹੈਗਾ ਉਸਨੇ ਜਿਹੜਾ ਹੈਗਾ ਯੁੱਧ ਛੱਡਤਾ ਉਹ ਹਿੰਸਾ ਦਾ ਪਾਲਣ ਕਰਦਾ ਆਪਣੀ ਜਨਤਾ ਨੂੰ ਵੀ ਅੱਛਾ-ਚੇ ਮਤਲਬ ਕੰਮ ਸਿਖਾਂਦਾ ਹੈਗਾ ਅਤੇ ਅੱਛਾ ਪ੍ਰਚਾਰ ਕਰਦਾ ਹੈਗਾ ਉਸਨੇ ਕਾਫੀ سارے ਕੰਮ ਕਰੇ ਲੋਕ ਭਲਾਈ ਦੇ ਸੋ ਉਹ ਜਲਦੀ ਹੀ ਜਿਹੜਾ ਸੀਗਾ ਫੇਮਸ ਹੋ ਗਿਆ ਉਦਾਾਤਰ ਪੂਰੇ ਸੰਸਾਰ ਚ ਫੈਲ ਗਿਆ ਮਿੱਤਰਤਾ ਨਾਲ ਸੰਬੰਧ ਉਦੇ ਸਥਾਪਿਤ ਹੋਏ ਉਹ ਖੁਦ ਵਿਦੇਸ਼ ਗਿਆ ਆਪਣੇ ਬੇਟੇ ਨੂੰ ਵਿਦੇਸ਼ ਭੇਜਿਆ ਅਤੇ ਉੱਥੇ ਜਾ ਕੇ ਜਿਹੜਾ ਸੀਗਾ ਬਾਰਲੇ ਦੇਸ਼ਾਂ ਦੇ ਵਿੱਚ ਮੁਲਕਾਂ ਦੇ ਵਿੱਚ ਵੀ ਜਾ ਕੇ ਇਹਨਾਂ ਨੇ ਧਰਮ ਦਾ ਪ੍ਰਚਾਰ ਕੀਤਾ ਪ੍ਰਤੀਸ਼ਠਾ ਤੇ ਮਹਾਨਤਾ ਜਿਸ ਜੇ ਤੋਂ ਵਾਅਦਾ ਹੋ ਗਿਆ ਤਾਂ ਸਮਾਜਿਕ ਧਾਰਮਿਕ ਇਕਤਾ ਵੀ ਵਧੀ ਹੈ ਕਿਉਂਕਿ ਅਸ਼ੋਕ ਦਾ ਧਰਮ ਸਾਰੇ ਧਰਮਾਂ ਦਾ ਆਦਰ ਕਰਦਾ ਸੀਗਾ ਸਾਰਿਆਂ ਦੇ ਸਿਧਾਂਤ ਦਾ ਕਹਿੰਦੇ ਨਿਚੋੜ ਸੀਗਾ ਭੰਡਾਰ ਸੀਗਾ ਲੋਕਾਂ ਵਿੱਚ ਭੇਦਭਾਵ ਜਿਹੜਾ ਸੀ ਖਤਮ ਹੋ ਗਿਆ ਸੀਗਾ ਕਿਉਂਕਿ ਉਹਨਾਂ ਨੇ ਬੁੱਧ ਧਰਮ ਕਰਨ ਕੀਤਾ ਤਾਂ ਬੁੱਧ ਧਰਮ ਦੇ ਵਿੱਚ ਕੀ ਸੀਗਾ ਸਾਰੇ ਜਾਤਾਂ ਦੇ ਲੋਕ ਆ ਜਾ ਸਕਦੇ ਸੀਗੇ ਸੋ ਇਸ ਕਰਕੇ ਸੀ ਧਾਰਮਿਕ ਇਕਤਾ ਸਮਾਜਿਕ ਇਕਤਾ ਵਧੀ ਸੋ ਇਹ ਸੀ ਅੱਜ ਦਾ ਵੀਡੀਓ ਹੋਪ ਤੁਹਾਨੂੰ ਵੀਡੀਓ ਚੰਗਾ ਲੱਗਿਆ ਹੋਵੇਗਾ ਇਸ ਤੋਂ ਬਾਅਦ ਆਪਾਂ ਨੈਕਸਟ ਟੌਪਿਕ ਸਟਾਰਟ ਕਰਾਂਗੇ ਇਹ ਵਾਲਾ ਟੌਪਿਕ ਦੀ ਐਂਡ ਹੋ ਗਿਆ ਸੋ ਮਿਲਦੇ ਨਵੇਂ ਵੀਡੀਓ ਦੇ ਨਾਲ ਧੰਨਵਾਦ